नमस्कार, मैं कनक, आप देख रहे हैं अर्थ प्रकाश। आइए नजर डालते हैं आज की कुछ खास खबर। नयागांव पुलिस थाना के एक चोर गिरोह को गिरफ्तार किया है। पुलिस ने चोरी के एक मामले को सुलझाते हुए तीन आरोपियों को गिरफ्तार किया है। आरोपियों से पुलिस ने चोरी किया हुआ सोना भी बरामद कर लिया। नयागांव थाना के HSO कुलवंत सिंह ने मीडिया से बातचीत करते हुए कहा कि बीते अगस्त महीने में एक चोरी का मामला सामने आया था, जिसके बाद आरोपियों के खिलाफ मामला दर्ज किया गया था और आरोपियों की धरपकड़ कार्रवाई की जा रही थी। 13 दिन पहले आरोपियों को गिरफ्तार किया। पुलिस के मुताबिक तीन आरोपी नयागांव के रहने वाले हैं। पुलिस ने कोर्ट से आरोपियों का रिमांड भी हासिल किया है। इस तरीके नाल नयागांव पुलिस ने जेड़ा सोना रिकवर किया ते आरोपियों नूं अरेस्ट किया, की कुछ मामला सी थोड़ा जिहा दस्सो। यह मुकदमा दर्ज होया सी जी अगस्त दे विच, 71 नंबर मुकदमा दर्ज होया सी अगस्त दे विच, चोरी हुई सी जी इह ते उहदे संबंधी असीं लगातार देख रहे सी, बंदे नूं फड़ फुड़ रहे सी, ट्रेस आउट करन दी कोशिश कर रहे सी, पर ਪਹਿਲਾਂ ਹੀ ਬੰਦੇ ਚੋਰ ਚਾਰ ਫੜੇ ਸੀ, ਉਹਨਾਂ ਤੋਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਮਿਲੀ ਸੀ ਕਿ ਇਹਨਾਂ ਬੰਦੇ ਨੇ ਚੋਰੀ ਕਰੀ ਹੈ ਜੀ। ਪਿਛਲੇ ਕਾਫੀ ਟਾਈਮ ਤੋਂ ਅਸੀਂ ਪਿੱਛੇ ਸੀ ਉਹਨੂੰ ਲੱਭ ਰਹੇ ਸੀ ਅਤੇ 3 ਦਿਨ ਪਹਿਲਾਂ ਸਾਨੂੰ ਬੰਦੇ ਮਿਲੇ ਸੀ ਅਤੇ ਅਸੀਂ ਅਰੈਸਟ ਕਰੇ ਅਤੇ ਇਹਨਾਂ ਤੋਂ ਜਦੋਂ ਪੁੱਛ ਗਿੱਛ ਕਰੀ ਤਾਂ ਇਹਨਾਂ ਨੇ ਮੰਨਿਆ ਕਿ ਅਸੀਂ ਉਹ ਚੋਰੀ ਅਸੀਂ ਕਰੀ ਸੀ। ਸਰ ਕਿੰਨੇ ਰਹਿਣ ਵਾਲੇ ਆ ਸਰ ਇਹਨਾਂ ਦੀ, ਕਿਆ ਉਹਦਾ ਪਹਿਚਾਣ ਕੀ ਹੋਈ ਹੈ ਕਿਤੇ? ਇਹ 3 ਜਣੇ ਸੀ ਇਹਨਾਂ ਨੇ ਚੋਰੀ ਕਰੀ ਹੈ। ਇੱਕ ਦਾ ਮੁੰਡਾ ਨਾਟਾ ਸੀ, ਉਹਦਾ ਅਸਲੀ ਨਾਮ ਅਜੇ ਹੈ, ਉਹ ਜਨਤਾ ਕਲੋਨੀ 'ਚ ਰਹਿਣ ਵਾਲਾ, ਅਤੇ ਇੱਕ ਸੀ ਮੁੰਡਾ ਆਪਣਾ ਗੋਲੂ, ਇਹ ਇੱਥੇ ਦੁਕਾਨ ਚਲਾਉਂਦਾ ਸੀ ਆਪਣੇ ਮੀਟ ਦੀ, ਅਤੇ ਇੱਕ ਸੀ ਆਕਾਸ਼ ਉਸ ਕੁੱਕੂ। ਇਹ ਪਹਿਲਾਂ ਹੀ ਇੱਕ ਮੁਕੱਦਮੇ 'ਚ ਅੰਦਰ ਸੀ, ਜਦੋਂ ਪਹਿਲਾਂ ਮੁਕੱਦਮੇ 'ਚ ਉਹਨੂੰ ਅਰੈਸਟ ਕਰਿਆ ਸੀ ਉਦੋਂ ਇਹਨੇ ਮੰਨਿਆ ਨਹੀਂ ਹੈਗਾ ਕਿ ਅਸੀਂ ਚੋਰੀ ਕਰੀ ਹੈ। ਬੜੀ ਇਨਫੋਰਮੇਸ਼ਨ ਮਿਲੀ ਹੈ ਨਾ, ਤੁਹਾਨੂੰ ਪਤਾ ਲੱਗੇ ਕਿ ਇਹ ਬੰਦਾ ਸਾਡੇ ਨਾਲ ਸੀ। ਜਿਹੜਾ ਸਰ ਸੋਨਾ ਰਿਕਵਰ ਹੋਇਆ ਉਹ ਨਯਾਗੋ ਦੇ ਜਿਹੜਾ ਚੋਰੀ ਹੋਇਆ ਸੀ ਉਹੀ ਹੈ ਜਾਂ ਅਦਰ ਉੱਥੇ ਵੀ ਹੈ? ਨਹੀਂ, ਉਹ ਸੇਮ ਚੋਰੀ ਜਿਹੜਾ ਹੋਇਆ ਸੀ ਉਹੀ ਰਿਕਵਰ ਹੋਇਆ, ਸੋਨਾ ਤੇ ਚਾਂਦੀ ਦੋਨੋਂ। ਸਰ ਤਿੰਨਾਂ ਦੇ ਖਿਲਾਫ ਕੋਈ ਹੋਰ ਕੋਈ ਮਾਮਲੇ ਦਰਜ ਵੀ ਹੈ ਇਸ ਤਰ੍ਹਾਂ? ਆਕਾਸ਼ ਦੇ ਖਿਲਾਫ ਤਾਂ ਪਹਿਲਾਂ ਵੀ ਮੁਕੱਦਮੇ ਦਰਜ ਨਹੀਂ ਦਰਜ ਸੀ ਚੋਰੀ ਦੇ, ਤੇ ਹੁਣ ਵੀ ਉਹ ਅੰਦਰੇ ਸੀ, ਚੋਰੀ ਦੇ ਮੁਕੱਦਮੇ ਦੇ ਵਿੱਚ ਅੰਦਰ ਸੀ। ਉਹਨਾਂ ਨੇ ਇੱਕ ਰਿਵਾਲਵਰ ਚੋਰੀ ਕਰਿਆ ਸੀ, ਸਾਡੇ ਸਰਕਾਰੀ ਮੁਲਾਜ਼ਮ ਦਾ ਰਿਵਾਲਵਰ ਚੋਰੀ ਕਰਿਆ ਸੀ, ਉਹ PSO ਸੀ ਆਪਣੇ ਸਰ ਕਿਸੇ ਵੱਡੇ ਆਫੀਸਰ ਦਾ। ਉਹਨਾਂ ਦੇ ਘਰ ਤੋਂ ਉਹਨਾਂ ਨੇ ਸਵੇਰੇ ਦਿਨ ਦੇ ਵਿੱਚ ਜਾ ਕੇ ਉਹ ਘਰ ਤੋੜ ਕੇ ਤੇ ਉੱਥੋਂ ਪੈਸੇ, ਗਹਿਣੇ ਤੇ ਰਿਵਾਲਵਰ ਚੋਰੀ ਕਰ ਲਿਆ। ਸਰ ਕੋਈ ਪੁਲਿਸ ਰਿਮਾਂਡ ਵਗੈਰਾ ਮਿਲਿਆ? ਹਾਂਜੀ, ਪੁਲਿਸ ਰਿਮਾਂਡ। ਹਾਂਜੀ ਹਾਂ, ਸਾਡੇ ਕੋਲ 2 ਦਿਨ ਦੇ ਰਿਮਾਂਡ ਤੇ ਸੀ ਤੇ ਅੱਜ ਇਹਨਾਂ ਦਾ ਰਿਮਾਂਡ ਪੂਰਾ ਹੋ ਰਿਹਾ, ਅੱਜ ਅਸੀਂ ਇਹਨੂੰ ਕੋਰਟ 'ਚ ਪੇਸ਼ ਕਰ। ਸਰ ਬੇਸ਼ੱਕ ਇਹ ਜੋ ਰਿਕਵਰੀ ਤੁਸੀਂ ਕੀਤੀ ਹੈ, ਜੋ ਮਤਲਬ ਇੱਕ ਕ੍ਰੈਕ ਕੀਤਾ ਇਹ ਕੇਸ, ਕਿੰਨੀ ਕੁ ਮਸ਼ੱਕਤ ਪੁਲਿਸ ਨੂੰ ਕਰਨੀ ਪਈ? ਡੈਫੀਨੇਟਲੀ ਬਹੁਤ ਮਿਹਨਤ ਕਰਨੀ ਪਈ ਸੀ, ਕਿਉਂਕਿ ਮੇਰੇ ਲਈ ਇੱਕ ਚੈਲੰਜ ਸੀ, ਜਿਹੜਾ ਪਹਿਲਾ ਕੇਸ ਜਿਹੜਾ ਰਿਵਾਲਵਰ ਚੋਰੀ ਹੋਇਆ ਸੀ ਸਾਡੇ ਮੁਲਾਜ਼ਮ ਦਾ, ਉਹ ਮੇਰੇ ਲਈ ਵੱਧ ਚੈਲੰਜ ਸੀ। ਉਹ ਜਦੋਂ ਟ੍ਰੇਸ ਹੋਇਆ ਉਹ ਤੋਂ ਹੀ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਇਹਨਾਂ ਬੰਦਿਆਂ ਬਾਰੇ, ਬਟ ਮੈਂ ਪਿਛਲੇ 15-20 ਦਿਨ ਤੋਂ ਇਹਦੇ ਪਿੱਛੇ ਸੀ, ਮੈਨੂੰ ਨਹੀਂ ਮਿਲ ਰਹੇ ਸੀ ਤੇ ਮਿਲੇ ਆ ਜਦੋਂ। ਸਰ ਬੇਸਿਕਲੀ ਕਿੱਥੋਂ ਫੜੇ ਗਏ? ਸਰ ਇਹ ਨਾਕੇ ਤੋਂ ਫੜੇ ਗਏ ਨੇ। ਤਾਂ ਕਿੰਨਾ ਕੁ ਰਿਕਵਰ ਕੀਤਾ ਸੋਨਾ, ਉਹ ਥੋੜ੍ਹਾ ਜਿਹਾ ਕੁਆਂਟਿਟੀ ਬਤਾਈ? ਕੁਆਂਟਿਟੀ ਮੈਨੂੰ ਐਗਜ਼ੈਕਟ ਪਤਾ ਨਹੀਂ, ਵਾਈ ਉਹਨੂੰ ਪਤਾ ਹੈ। ਜੋ ਗਹਿਣੇ ਸੀ ਚਾਂਦੀ ਦੇ ਪਾਇਲਾਂ ਸੀ ਜੀ, ਇੱਕ ਰਿੰਗ ਸੀ ਚਾਂਦੀ ਦੀ, ਇੱਕ ਚਾਂਦੀ ਦੇ ਕੰਨਾਂ 'ਚ ਪਾਉਣੇ ਵਾਲੇ ਸੀ, ਇੱਕ ਸੋਨਾ ਟਿੱਕਾ ਸੀ ਸੋਨੇ ਦਾ ਤੇ ਚੂੜੀਆਂ ਸੀ ਸੋਨੇ ਦੀਆਂ, ਇਹ ਚੀਜ਼ਾਂ ਸੀ। ਸਰ ਬੇਸਿਕਲੀ ਜਿਹੜੇ ਚੋਰ ਆਰੋਪੀ ਸੀ ਉਹ ਕਰਦੇ ਕੀ ਸੀ? ਇਹ ਚੋਰੀਆਂ ਕਰਨ ਦਾ ਕੰਮ ਸੀ, ਨਸ਼ੇ ਕਰਦੇ ਸੀ, ਚੋਰੀਆਂ ਕਰਦੇ ਸੀ, ਬਸ ਹੋਰ ਕੁਛ ਨਹੀਂ। ਚੋਰੀ ਉਹਨੂੰ ਸੀ, ਇਹ ਕਰਦਾ ਸੀ ਮਿੰਟ ਦਾ ਕੰਮ, ਬਾਕੀ ਕੋਈ ਕੰਮ ਨਹੀਂ ਕਰਦਾ। ਚੋਰੀ ਕਰਕੇ ਕਰਦੇ ਕੀ, ਇੰਜੋਇਮੈਂਟ ਵਾਸਤੇ? ਹਾਂ, ਨਸ਼ਾ ਨੁਸ਼ਾ ਕਰਦੇ ਸੀ ਜਾਂ ਚੋਰ ਆਪਣੇ। ਜਨਤਾ ਕਲੋਨੀ ਕੀ ਨੇਕ ਹੋਊਗੀ? ताज़ा अपडेट्स व बड़ी खबरों के लिए सब्सक्राइब करें अर्थ प्रकाश TV और बेल आइकन दबाना न भूलें।